ਆਪਣੇ ਨੌ ਵਿਦਿਆ ਪ੍ਰਾਪਤ ਕਰਨ ਵਾਸਤੇ ਲਖਵਾਉਣਾ ਕੀਤੇ ਨੇ। ਬਹੁਤ ਵੱਡੀ ਗੱਲ ਹੈ ਜੇ ਅਸੀਂ ਆਪਣੀ ਛੋਟੀ ਪਨੀਰੀ ਨੂੰ ਸੰਭਾਲ ਲਵਾਂਗੇ, ਵੱਡੇ ਜਿਹੜੇ ਨੂੰ ਆਪੇ ਸੰਭਾਲੇ ਜਾਣਗੇ। ਜੇ ਛੋਟਾ ਬੂਟਾ ਜੇ ਉਹਨੂੰ ਟਾਈਮ ਸਿਰ ਪਾਣੀ ਦਿੱਤਾ ਜਾਵੇ, ਟਾਈਮ ਸਿਰ ਉਹਦੀ ਗੋਡੀ ਕੀਤੀ ਜਾਵੇ, ਉਹਦੀ ਸਮੇਂ ਅਨੁਸਾਰ ਸੰਭਾਲ ਕੀਤੀ ਜਾਵੇ, ਉਹ ਬੂਟਾ ਕਦੇ ਵੀ ਮੁਰਝਾਦਾ ਨਹੀਂ, ਅਖੀਰ ਨੂੰ ਉਹ ਫਲ ਦਿੰਦਾ। ਸੋ ਇਸ ਗੱਲ ਦੀ ਫਿਰ ਬਹੁਤ ਬਹੁਤ ਵਧਾਈ ਸਾਰੀਆਂ ਸੰਗਤਾਂ ਦਾ, ਬਹੁਤ ਬਹੁਤ ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ, ਜਿਨ੍ਹਾਂ ਨੇ ਉਚੇਚੇ ਤੌਰ ਤੇ ਇੱਥੇ ਪਹੁੰਚ ਕੇ, ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਆਪ ਸਭ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ। ਹੁਣ ਮੈਂ ਭਾਈ ਮਾਨ ਸਿੰਘ ਜੀ ਹਜੂਰੀ ਰਾਗੀ, ਭਾਈ ਰਾਮ ਸਿੰਘ ਜੀ ਹਜੂਰੀ ਰਾਗੀ ਸ੍ਰੀ ਕੇਸਗੜ੍ਹ ਸਾਹਿਬ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਨੂੰ ਜਿੰਨਾ ਸਮਾਂ ਉਹ ਚਾਹੁਣ ਉਹਨਾਂ ਸਮਾਂ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰਨ। ਅੱਜ ਆਪ ਜੀ ਦੇ ਨਗਰ ਵਾਸਤੇ ਬਹੁਤ ਹੀ ਵੱਡਿਆਂ ਭਾਗਾਂ ਵਾਲਾ ਦਿਨ ਹੈ ਕਿ ਆਪ ਜੀ ਦੇ ਨਗਰ ਵਿੱਚ ਗੁਰਮੁਖ ਸੰਗੀਤ ਅਕੈਡਮੀ ਖੋਲ੍ਹੀ ਜਾ ਰਹੀ ਹੈ। ਉਹ ਮਾਤਾ ਪਿਤਾ ਉਹਨਾਂ ਦੇ ਬੱਚੇ ਧੰਨਤਾ ਦੇ ਪਾਤਰ ਹਨ ਜਿਹੜੇ ਇਸ ਅਕੈਡਮੀ ਦੇ ਵਿੱਚ ਰੱਬੀ ਬਾਣੀ ਨੂੰ ਗਾਇਨ ਕਰਨ ਦਾ ਵੱਲ ਸਿੱਖਣਗੇ, ਤਰੀਕਾ ਸਿੱਖਣਗੇ, ਕਿਉਂਕਿ ਇਸ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਕਲਮ ਤਾਂ ਦਿੱਤੀ ਪਰ ਉਹ ਕਲਮ ਦੇ ਨਾਲ ਤਨ ਸੋ ਕਾਗਦ ਕਲਮ ਤਨ ਪਾਂਢਾ ਤਨ ਮਸ ਤਨ ਲਿਖਾਰੀ ਨਾਨਕਾ ਦਿਨ ਨਾਮ ਲਿਖਾਇਆ ਸਚ ਤਨ ਲਿਖਾਰੀ ਨਾਨਕ ਦਿਨ ਨਾਮ ਲਿਖਾਇਆ ਸਚ ਤੇਰੇ ਗੁਣ ਬਹੁਤ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀ Yeah.
ਸਾਹਿਬ ਕੌਰ ਜੀ ਗੁਰਮਤ ਸੰਗੀਤ ਅਕੈਡਮੀ ਦੀ ਸੱਚੇ ਪਾਤਸ਼ਾਹ
ਇਹਨਾਂ ਬੱਚਿਆਂ ਨੂੰ ਆਪਣੀਆਂ ਪਿਆਰ ਦੀਆਂ ਅਸੀਸਾਂ ਜੋ ਸ਼ਬਦ ਆਪ ਸਰਵਣ ਕਰ ਰਹੇ ਹੋ ਗੁਰੂ